ਅੱਛਾ ਜੀ, 9:10 ਦਾ ਟਾਈਮ ਆ, ਕੰਮ ਕਰਕੇ ਵਿਹਲੇ ਹੋਏ ਹਾਂ ਅਤੇ ਮੈਂ ਕਿਹਾ ਚਲੋ ਹੁਣ ਨਾ ਕੱਲ੍ਹ ਪਰਸੋਂ ਦੇ ਕਹਿੰਦੇ ਹਾਂ ਕਿ ਭਿੰਡੀਆਂ ਨੂੰ ਸਪਰੇ ਮਾਰਾਂਗੇ ਅਤੇ ਨਹੀਂ ਟਾਈਮ ਲੱਗਦਾ, ਧੁੱਪ ਕਾਫੀ ਹੋ ਜਾਂਦੀ ਹੈ ਜਲਦੀ ਜਲਦੀ, ਅਤੇ ਇਸ ਕਰਕੇ ਕੰਮ ਕਰਦੇ ਹਾਂ ਨਾ ਰੋਜ਼ ਜਗ੍ਹਾ 'ਤੇ। ਹਾਂਜੀ ਵੱਡੀ ਮਸ਼ੀਨ ਮੈਂ ਕਿਹਾ ਕੀ ਬਣੇ, ਉਹ ਨਾਲੀਆਂ 'ਚ ਹੀ ਲੱਗ ਜਾਂਦੀ ਹੈ ਇੰਨੀ ਕੁ। ਜੀ ਜੀ ਨਹੀਂ ਸਹੀ ਹੈ ਕਿ ਇਹਦੇ ਨਾਲ ਥੋੜ੍ਹੀ ਜਿਹੀ ਜਗ੍ਹਾ 'ਚ ਮਾਰ ਦਿਓ। ਉਦਣ ਵੇਖਣਾ ਸਪਰੇ ਮਾਰੀ ਸੀ ਅਤੇ ਕਿੰਨੀਆਂ ਸੋਹਣੀਆਂ ਮਾਸ਼ਾਅੱਲਾ, ਮੁੱਕਦੀਆਂ ਹੀ ਨਹੀਂ ਗੀਆਂ ਅਤੇ ਚੱਲ ਜਾਂਦਾ ਨਾ ਪੱਤੇ ਥੋੜ੍ਹੇ ਥੋੜ੍ਹੇ, ਫਿਰ ਕੱਲ੍ਹ ਪਰਸੋਂ ਦੇ ਦੇਖਦੇ ਆ ਟੁੱਕੇ ਟੁੱਕੇ ਆ ਅਤੇ ਖਰੇ ਸੁੰਡੀ ਨਾਲ ਲੱਗੀ ਹੋਵੇ। ਪਹਿਲੇ ਭਿੰਡੀਆਂ ਨੂੰ ਮਾਰ ਆਓ ਨਾ, ਅੱਛਾ ਅੱਛਾ, ਫਿਰ ਇਹਨਾਂ ਨੂੰ ਇੱਕ ਦਫ਼ਾ ਫਿਰ ਮਾਰ ਦਿਓ। ਅੱਛਾ ਕਾਹਤੋਂ ਇਹਨਾਂ ਨੂੰ ਕੋਈ ਜ਼ਰੂਰਤ ਨਹੀਂ, ਸਾਫ਼ ਸੁੱਥੀਆਂ ਇਹਨਾਂ ਨੂੰ ਬਹੁਤ ਘੱਟ ਪੈਂਦੀ ਹੈ। ਜਦ ਮੈਂ ਕਿਹਾ ਜਿਹੜੇ ਫੁੱਲ ਜਿਹੜੇ ਨਾ ਸਾਰੇ ਟਿੱਕੇ ਰਹਿਣਗੇ, ਮਾੜਾ ਮਾੜਾ ਫੁਹਾਰਾ ਮਾਰ ਦਿਓ, ਮਾੜਾ ਮਾੜਾ ਮਾਰ ਦਿਓ। ਆਹ ਦੇਖਣਾ ਇੱਥੋਂ ਕਿ ਨਾ ਪੱਤੇ ਇਕੱਠੇ ਹੋਏ ਆ ਇਹ, ਆਹ ਦੇਖੋ ਜੀ ਪੱਤੇ ਜਿਹੜੇ ਆ ਨਾ ਇਕੱਠੇ ਇਕੱਠੇ ਹੋਏ ਸਿੱਧੇ ਨੇ, ਸਾਰਿਆਂ ਦੇ ਉੱਤੋਂ ਘੁੰਮਣੀਆਂ ਇੱਦਾਂ ਦੀਆਂ ਹੋਈਆਂ। ਅਤੇ ਇੱਕ ਦਫ਼ਾ ਸਪਰੇ ਆਹ ਵੇਖੋ, ਸਪਰੇ ਮਾਰ ਦਾਂਗੇ ਤਾਂ ਚਲੋ ਸਹੀ ਹੋ ਜਾਣਗੀਆਂ। ਇੱਕ ਦਫ਼ਾ ਮਾਰੀ ਸੀ ਸਪਰੇ ਤਾਂ ਮਾਸ਼ਾਅੱਲਾ ਜਿੰਨੇ ਫੁੱਲ ਲੱਗੇ ਫਿਰ ਸਾਰੇ ਖੜ੍ਹੇ ਰਹੇ, ਅਤੇ ਮਾਸ਼ਾਅੱਲਾ ਮਿਰਚਾਂ ਨਾਲ ਭਰੀਆਂ ਪਈਆਂ। ਅਤੇ ਮੈਂ ਕਿਹਾ ਚਲੋ ਇੱਕ ਦਫ਼ਾ ਫਿਰ ਮਾਰ ਦੇਵਾਂਗੇ। ਆਹ ਦੇਖੋ ਖਾਲੇ 'ਚ ਪਾਣੀ ਆਇਆ ਅੱਜ, ਉਹ ਦਰੰਗਰ ਲੈ ਕੇ ਗਏ ਨੇ ਪਾਣੀ, ਮੋਟਰ 'ਚ ਲਾਈ ਹੈ ਨਹਿਰ ਦਾ ਅਤੇ ਨਹੀਂ ਆਉਂਦਾ, ਕਦੀ ਕਦੀ ਆ ਕਦੀ ਆਉਂਦਾ ਕਦੀ ਨਹੀਂ, ਅਤੇ ਮੋਟਰ 'ਚ ਲਾਈ ਹੋਈ ਆ। ਹਾਂਜੀ ਤੇ ਪਾਣੀ ਲਾ ਦਿਓ ਇੱਕ ਦਫ਼ਾ ਨਾ, ਮੋਟਰ ਜਲਦੀ ਤਾਂ ਪੱਠੇ ਭਰਨੇ ਨੇ ਇਹਨਾਂ ਨੂੰ ਨਾਲ ਆ ਜਾਣਾ। ਹਾਂਜੀ ਦੇਖੋ ਸਪਰੇ ਮਾਰਦੇ ਆ ਤੇ ਕਿੰਨੀਆਂ ਫੁੱਲ ਲੱਗਦੇ ਆ। ਹਾਂਜੀ ਫੁੱਲ ਲੱਗੇ ਬੜੇ ਸੋਹਣੇ, ਪਾਣੀ ਇੱਕ ਦਫ਼ਾ ਲੱਗ ਗਿਆ, ਸਪਰੇ ਵੀ ਵੱਜ ਗਈ ਆ ਅਤੇ ਬੜੀ ਸੋਹਣੀ ਮਾਸ਼ਾਅੱਲਾ ਹੋ ਜਾਣੀਆਂ। ਉੱਤੇ ਵੇਖੋ ਕਿੰਨੇ ਫੁੱਲ ਨਿਕਲਦੇ ਪਏ ਆ, ਮਾਸਕ ਪਾ ਲਿਆ ਕਰੋ ਜਦੋਂ ਹੁੰਦਾ ਮਾਲ ਲੱਗ ਗਿਆ, ਨਹੀਂ ਥੱਲੇ ਹੋ ਕੇ ਤੁਸੀਂ ਨਾ ਮਾਰਦੇ ਉੱਡਦੀ ਨਹੀਂ। ਇੱਕ ਇੱਕ ਲੈਨ ਨੂੰ ਮਾਰਿਆ ਕਰੋ ਨਾ, ਸਹੀ ਤਰ੍ਹਾਂ ਵੱਜ ਜਾਂਦੇ ਸਾਰੇ। ਹਮਸਾਇਆਂ ਦਾ ਬੋਰ ਚੱਲਦਾ ਪਿਆ, ਗਰਮੀ ਆ ਗਈ ਆ, ਹਰ ਬੰਦਾ ਹੀ ਹੁਣ ਫਸਲਾਂ ਨੂੰ, ਕਿਸੇ ਨੇ ਤੇਲ ਬੀਜੇ ਕਿਸੇ ਨੇ ਕਪਾਹ ਵੀ ਲਾਉਂਦੇ ਆ ਨਾ। ਸਹੀ ਹਾਏ ਵੇਖੋ, ਕੱਲ੍ਹ ਮੈਂ ਤੋੜ ਕੇ ਖੜੀਆਂ ਸੀ ਅਤੇ ਕਿੰਨੀਆਂ ਫਿਰ ਨਜ਼ਰ ਆਉਣ ਲੱਗ ਪਈਆਂ ਮਾਸ਼ਾਅੱਲਾ। ਹਾਂਜੀ ਬਸ ਬੱਚੇ ਨਾਲ ਆਉਂਦੇ ਆ ਅਤੇ ਫਿਰ ਉਹ ਨਹੀਂ ਸਾਰੀਆਂ ਟੁੱਟਦੀਆਂ ਉਹਨਾਂ ਤੋਂ। ਇੱਧਰ ਦੇਖੋ ਜੀ, ਅੱਜ ਉਦਣ ਦੁਬਾਰਾ ਲਾਈਆਂ ਸੀ ਭਿੰਡੀਆਂ, ਇਹ ਸਾਡੀ ਲੇਟ ਕਾਸ਼ਟ ਆ ਦੇਖੋ, ਇਹ ਵੀ ਭਿੰਡੀਆਂ ਹੀ ਆ ਅਤੇ ਇਹ ਲਾਈਆਂ ਸੀ, ਚਲੋ ਲੇਟ ਹੋ ਜਾਣਗੀਆਂ ਅਤੇ ਸਹੀ ਆ, ਤਾਈਆਂ ਵਿੱਚ ਵਿੱਚ ਨਹੀਂ ਉੱਗੀਆਂ ਹੈ ਨਾ, ਬੜੀਆਂ ਸੋਹਣੀਆਂ ਉੱਗਣੀਆਂ ਸੀ। ਆਹ ਵੇਖੋ ਨਾ ਇੱਧਰ ਆਹ ਲੈਨ ਭਰੀ ਪਈ ਆ,
ਚਲੋ ਅੱਛਾ ਨੂੰ ਸਪਰੇ ਮਾਰ ਕੇ ਆਏ ਤੇ ਹੁਣ ਮਿਰਚਾਂ ਨੂੰ ਮਾਰ ਲੈ ਠਹਿਰੋ ਠਹਿਰੋ ਮੈਨੂੰ ਨਾ ਥੋੜੀਆਂ ਜਿਹੀ ਤੋੜ ਲੈਣ ਦੋ ਠੰਡੀਆਂ ਪਕਾਣੀ ਤੋੜ ਕੇ ਰੱਖ ਲਾ ਹਾਂਜੀ ਉਹ ਟੋਕਰੀ ਲੈ ਆ ਟੋਕਰੀ ਲੈ ਕੇ ਆਵਾਂ ਹਾਂ ਟੋਕਰੀ ਲੈ ਆ ਠਹਿਰੋ ਫਿਰ ਟੋਕਰੀ ਲੈ ਕੇ ਆਈਆਂ ਤੇ ਇਹਦੇ ਵਿੱਚ ਪਾਉਣੀਆਂ ਮਿਰਚਾਂ ਤੋੜ ਕੇ ਮਾਸ਼ਾਅੱਲਾ ਜੀ ਦੇਖੋ ਦੇਖੋ ਮਾਸ਼ਾਅੱਲਾ ਇੰਨੀਆਂ ਸੋਹਣੀਆਂ ਲੱਗੀਆਂ ਹੋਈਆਂ ਤੇ ਮੈਂ ਕਿਹਾ ਚਲੋ ਸਪਰੇ ਤਾਂ ਪਾਈ ਆ ਬੋਤਲ ਵਿੱਚ ਤੇ ਇੱਕ ਦਫਾ ਨਾ ਇਹਨੂੰ ਵੀ ਮਾਰ ਦਿਓ ਆਹੋ ਬਿਸਮਿਲ੍ਲਾ ਥੋੜ੍ਹੀਆਂ ਜਿਹੀਆਂ ਹੰਡੀਆਂ ਵਾਸਤੇ ਤੋੜਦੀ ਹਾਂ ਅੱਜ ਵਾਸਤੇ ਅਤੇ ਕੱਲ੍ਹ ਵਾਸਤੇ ਫਿਰ ਸਪਰੇ ਮਾਰ ਦਿਉ ਅਤੇ 3-4 ਦਿਨਾਂ ਬਾਅਦ ਸਹੀ ਹੋ ਜਾਣਗੇ ਮਿਰਚਾਂ ਤੋੜੀਆਂ ਥੋੜ੍ਹੀਆਂ ਜਿਹੀਆਂ ਅੱਜ ਵਾਸਤੇ ਕੱਲ੍ਹ ਵਾਸਤੇ ਫਿਰ ਰੱਖ ਕੇ ਸੁਕਾਉਣੀਆਂ ਜ਼ਰੂਰ ਹੈ ਫਿਰ ਤਾਜ਼ੀਆਂ ਤੋੜ ਲੈਣ ਜੀ ਜੀ ਹਾਂਜੀ ਹਾਂਜੀ ਸਪਰੇਅ ਠੀਕ ਹੁੰਦੀ ਆ ਅਤੇ ਉਸ ਤਰ੍ਹਾਂ ਵੀ ਸੋਲਰ ਦਾ ਪਾਣੀ ਆ ਤਾਂ ਹੀ ਰਾਜ ਇਹਨਾਂ ਨੂੰ ਮਿਲਦਾ ਵਿਚਾਰੀਆਂ ਨੂੰ ਨਹੀਂ ਤਾਂ ਅੱਗੇ 5-6 ਦਿਨ ਅਸੀਂ ਇੱਥੇ ਧਨੀਆ ਪਾਲਕ ਲਾਈ ਸੀ ਨਾ ਅਤੇ 5-6 ਦਿਨ ਹੀ ਭਰੀ ਦੀ ਸੀ ਪਾਣੀ ਹਾਂਜੀ ਇਸ ਤਰ੍ਹਾਂ ਹੀ ਜੀ ਜੀ ਹਾਂਜੀ ਸਹੀ ਆ ਇਸ ਤਰ੍ਹਾਂ ਹੀ ਆ ਤਾਈਓ ਇੰਨੀ ਸੋਹਣੀ ਹੋ ਗਈ ਆ ਮਾਸ਼ਾਅੱਲਾ ਜੀ ਠੀਕ ਆ ਚਲੋ ਅੱਲਾ ਖੈਰ ਰੱਖੇ ਤੇ ਸਪਰੇਅ ਵੀ ਹੋ ਗਈ ਹੁਣ ਮੈਂ ਨਾ ਭੈਣਾਂ ਭਾਈਆਂ ਨੂੰ ਅੰਗੂਰ ਦਿਖਾਵਾਂ ਇੱਕ ਵਾਰੀ ਕਿੰਨੇ ਕਿੱਡੇ ਹੋਏ ਆ ਹਾਲ ਕਿਉਂ ਨੇ ਕਿੱਥੇ ਜਿਹੜਾ ਗੁੱਛਾ ਸੀ ਮਾਸ਼ਾਅੱਲਾ ਸਹੀ ਹੈ ਕਿੱਥੇ ਕੁ ਹੈਗਾ ਵਿੱਚ ਰੱਖਿਆ ਹੈ ਨਾ ਚਲੋ ਦੋ ਤਿੰਨ ਇੱਥੇ ਵਿੱਚ ਆ ਸਹੀ ਆ ਵੇਖੋ ਮੇਰਾ ਦੇਸੀ ਚੂਲਾ ਇੱਥੇ ਮੈਂ ਅੱਗੇ ਅੱਗ ਜਾਲਦੀ ਹੁੰਦੀ ਸੀ ਅਤੇ ਹੁਣ ਇੱਕ ਗਰਮੀ ਬਹੁਤ ਜ਼ਿਆਦਾ ਆ ਗਈ ਆ ਅਤੇ ਦੂਸਰਾ ਬਾਲਣ ਵੀ ਨਹੀਂ ਹੈ ਜਿਹੜੀ ਸਿੱਧੀ ਗੱਲ ਆ ਤਾਂ ਇੱਥੇ ਅੱਗ ਨਹੀਂ ਜਾਲੀ ਜਾਂਦੀ ਕਦੀ ਕਦੀ ਕੱਖ ਕੁੱਖ ਸੁੱਟ ਕੇ ਅਤੇ ਤਵੀ 'ਚ ਰੋਟੀ ਬਣਾਉਂਦੀ ਹਾਂ ਅਤੇ ਬਾਕੀ ਘਰ ਹੀ ਲਓ ਜੀ 10 ਦਾ ਟਾਈਮ ਹੋ ਗਿਆ ਹੈ ਅਤੇ ਧੁੱਪ ਬਹੁਤ ਜ਼ਿਆਦਾ ਹੋ ਗਈ ਆ ਗਰਮੀ ਹੋ ਗਈ ਆ ਅਤੇ ਲੇਕਿਨ ਮੈਂ ਇੱਧਰ ਮਸ਼ੀਨ ਰੱਖ ਕੇ ਲਾਈ ਆ ਕਿਉਂਕਿ ਸਾਰਾ ਕੰਮ ਤਾਂ ਫਿਰ ਸੋਲਰ 'ਤੇ ਹੁੰਦਾ ਅਤੇ ਜਦੋਂ ਫਿਰ ਧੁੱਪ ਨਿਕਲਦੀ ਉਦੋਂ ਫਟਾਫਟ ਫਿਰ ਮੇਰੀ ਦੌੜ ਲੱਗ ਜਾਂਦੀ ਆ ਫਟਾਫਟ ਸਾਰੇ ਕੰਮ ਕਰਨੇ ਹੁੰਦੇ ਹੁਣ ਮੈਂ ਦੁੱਧ ਵੀ ਸੁਬਹਾ ਸੁਬਹਾ ਨਹੀਂ ਰਿੜਕਦੀ ਜੇ ਰਾਤ ਧੁੱਪ ਹੋ ਜਾਵੇ ਤਾਂ ਫਿਰ ਜਦੋਂ ਸੋਲਰ ਚੱਲ ਪਏ ਉਦੋਂ ਰਿੜਕਦੀ ਮੈਂ ਕਿਹਾ ਚਲੋ ਸੋਲਰ ਲਵਾਏ ਦਾ ਫਾਇਦਾ ਜੇ ਬਿਜਲੀ ਇਸਤੇਮਾਲ ਕਰਨੀ ਆ ਅਤੇ ਇਸ ਕਰਕੇ ਪਹਿਲੇ ਦੁੱਧ ਰਿੜਕਿਆ ਫਿਰ ਫਟਾਫਟ ਬਰਤਨ ਧੋਤੇ ਨਾਸ਼ਤਾ ਬਣਾ ਕੇ ਬੱਚਿਆਂ ਨੂੰ ਸਕੂਲ ਭੇਜਿਆ ਸੀ ਨੇ ਬਰਤਨ ਧੋਤੇ ਫਿਰ ਮੈਂ ਹੋਰ ਝਾੜੂ ਝੂੜੇ ਲਾਇਆ ਸਫਾਈਆਂ ਕੀਤੀਆਂ ਅਤੇ ਹੁਣ ਧੁੱਪ ਹੋ ਗਈ ਆ ਅਤੇ ਹੁਣ ਮੈਂ ਮਸ਼ੀਨ ਲਾਈ ਆ ਮਸ਼ੀਨ ਲਾ ਕੇ ਆਈ ਹਾਂ ਅਤੇ ਇੱਧਰ ਨਾਲੇ ਸਾਹ ਲੈਂਦੀ ਹਾਂ ਪੱਖਾ ਲਾਇਆ ਅਤੇ ਨਾਲੇ ਮੈਂ ਲਸਣ ਪਿਆਜ਼ ਬਣਾ ਲੈਂਦੀ ਹਾਂ ਫਿਰ ਫਟਾਫਟ ਕੱਪੜੇ ਨੇ ਉਤਾਰ ਕੇ ਅਤੇ ਫਿਰ ਬਣਾਉਂਗੀ ਹੰਡੀ ਆ
ਮੌਸਮ ਸਾਫ਼ ਆ ਅਤੇ ਇੰਨੀ ਜ਼ਿਆਦਾ ਗਰਮੀ ਆ, 5-6 ਦਿਨ ਹੋ ਗਏ ਬਹੁਤ ਜ਼ਿਆਦਾ ਗਰਮੀ ਪੈਂਦੀ ਆ, ਪਸੀਨਾ ਆਉਂਦਾ ਸੱਚੀ। ਸਰਦੀਆਂ ਨੂੰ ਆਖੀਦਾ ਕਿ ਗਰਮੀਆਂ ਆਉਣ ਅਤੇ ਦਿਨ ਬੜੇ ਹੋ ਜਾਣ ਅਤੇ ਫਿਰ ਸਾਰਾ ਦਿਨ ਬੰਦਾ ਕੰਮ ਕਰੇ, ਅਤੇ ਗਰਮੀ ਆ ਜਾਵੇ ਤਾਂ ਫਿਰ ਵੀ ਬਸ ਸੂਰਜ ਨਿਕਲਦਿਆਂ ਹੀ ਕੋਈ ਕੰਮ ਨਹੀਂ ਹੁੰਦਾ, ਧੁੱਪ ਹੋ ਜਾਂਦੀ ਆ, ਗਰਮੀ ਹੋ ਜਾਂਦੀ ਆ, ਅਤੇ ਬਸ ਇਸ ਤਰ੍ਹਾਂ ਹੀ ਭੱਜ ਨੱਸ ਕੇ ਕੰਮ ਨਿਬੇੜਨੇ ਪੈਂਦੇ ਆ। ਚਲੋ ਅੱਛਾ, ਸਾਰੇ ਮੌਸਮ ਅੱਲਾਹ ਤਾਲਾ ਨੇ ਬਣਾਏ ਆ, ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਆ। ਦੇਖੋ ਅੰਬ ਨੇ ਸਾਡੇ ਨੇ ਕਿੰਨੀ ਮਾਸ਼ਾਅੱਲਾ ਫੋਟ ਕੱਢੀ ਆ ਹੁਣ, ਇੱਧਰ ਦੇਖੋ।